ਸ਼ੇਰ ਸੁਣਨਾ ਹੈ, ਕੋਈ ਬਰਮਿੰਘਮ ਦਾ ਸੁਣਨਾ ਹੈ? ਅੱਛਾ ਸ਼ੇਰ, ਇੱਕ ਮਿੰਟ ਲਿਆ, ਦੋ ਮਿੰਟ ਮੇਰੇ ਲਈ ਪ੍ਰੋਗਰਾਮ ਪੇਪਰ ਹੈ, ਮੈਂ ਸਾਰਾ ਦਿਨ ਸਾਰੀ ਰਾਤ ਲਿਖਦੇ ਹੀ ਰਹਿਣਾ। ਹੈਲੋ, ਦੋ ਗੱਲਾਂ ਸਾਰੇ ਪੰਜਾਬੀਆਂ। ਪਹਿਲੀ ਗੱਲ, ਪੰਜਾਬ ਇੱਕ ਦੇਸ਼ ਹੁੰਦਾ ਸੀ, ਸੂਬਾ ਰਹਿ ਗਿਆ, ਕਾਹਤੇ? ਆ ਤੁਹਾਡੀਆਂ ਆਪਸੀ ਲੜਾਈਆਂ ਕਰਕੇ। ਸਾਰੇ ਲੀਡਰ, ਸਾਰੇ ਡਾਕਟਰ, ਕਿਸੇ ਨੂੰ ਬੁਖਾਰ ਚੜ ਜਾਵੇ ਆਪਣੇ ਪਿੰਡ ਤਾਂ ਡਾਕਟਰ ਕਹਿੰਦਾ ਪੈਰਾਸੀਟਾਮੋਲ ਲੈ ਲਈ, ਤਾਂ ਗੁਆਂਢੀ ਪਤਾ ਕੀ ਕਹਿੰਦਾ? ਉਹ ਛੱਡ ਦਵਾਈਆਂ, ਨਿੰਮ ਦਾ ਕਾੜਾ ਪੀ ਲੈ। ਅਸੀਂ ਸਾਰੇ ਡਾਕਟਰ ਹਾਂ, ਕਲਾਕਾਰ ਜਿਹੜੇ ਮੇਰੇ ਤੋਂ ਸੀਨੀਅਰ ਹੈ ਮੈਂ ਇਹਨਾਂ ਦੇ ਗੋਡੀਆਂ ਹੱਥ ਲਾਉਂਦਾ, ਜਿਹੜੇ ਮੇਰੇ ਤੋਂ ਜੂਨੀਅਰ ਹੈ ਮੈਂ ਉਹਨਾਂ ਨੂੰ ਪਿਆਰ ਕਰਦਾ। ਨਾ ਮੈਂ ਕੰਟਰੋਵਰਸੀ 'ਚ ਰਹਿਣ ਵਾਲਾ ਬੰਦਾ ਅਤੇ ਨਾ ਮੈਂ ਰਹਿਣਾ ਚਾਹੁੰਦਾ। ਕਦੇ ਵੀ ਕਲਾਕਾਰ ਦੀ ਮਨਸ਼ਾ ਨਹੀਂ ਹੁੰਦੀ ਕਿ ਕਿਸੇ ਨੂੰ ਹਰਟ ਕਰਿਆ ਜਾਵੇ ਜਾਂ ਦਿਲ ਦੁਖਾਇਆ ਜਾਵੇ। ਕੁਛ ਗੱਲਾਂ ਸਮਾਜੀ ਤੌਰ 'ਤੇ ਸਹਿਜੇ ਸਹਿਜੇ ਹੋ ਜਾਂਦੀਆਂ, ਉਹਨਾਂ ਦਾ ਕੋਈ ਮਾਣ ਨਹੀਂ ਹੁੰਦਾ। ਇਸ ਕਰਕੇ ਤੁਸੀਂ ਇਹ ਜਿਹੜਾ ਡਰਾਮਾ ਹੈ ਨਾ ਕੰਟਰੋਵਰਸੀ, ਹੱਥ 'ਚ ਫੋਨ ਲਾਇਆ, ਆਹ ਬੋਲਦੇ ਫਲਾਣੇ ਬਾਰੇ, ਆ ਕਰਦੇ, ਉਹ ਛੱਡੋ ਯਾਰ। ਜੇ ਜੇ ਸਾਰੇ ਪੰਜਾਬੀ ਆਪਣੀ ਜਨਰੇਸ਼ਨ ਬਚਾਉਣਾ ਚਾਹੁੰਦੇ ਆ ਤਾਂ ਇੱਕ ਇੱਕ ਗਰੀਬ ਪਰਿਵਾਰ ਨੂੰ ਅਡੋਪਟ ਕਰ ਲਓ, ਉਹਨਾਂ ਦੇ ਬੱਚਿਆਂ ਨੂੰ ਪੜ੍ਹਾ ਦਿਓ। ਗੁਆਂਢੀਆਂ ਦੇ ਘਰੇ ਮੁਰਗੀ ਬਣੀ ਕਿ ਮਸਰੀ, ਤੁਸੀਂ ਕੀ ਲੈਣਾ ਹੈ? ਕੀ ਲੈਣਾ? ਅਗਲਾ ਆਪਣੇ ਘਰੇ ਮੁਰਗਾ ਖਾਵੇ ਚਾਹੇ ਮਸਰੀ ਖਾਵੇ, ਇਹੀ ਫੇਸਬੁੱਕ ਦੀ ਪ੍ਰੋਬਲਮ ਹੈ। ਪਿੰਡ 'ਚ ਕੋਈ ਨਹੀਂ ਜਿਹਨੂੰ ਪੁੱਛਦਾ, ਉਹ 20 ਪੁੰਡੇ 'ਚ ਨੁਕਸ ਕੱਢਦਾ, ਅੱਗੇ ਜਾ ਕੇ ਕਿਉਂ ਕੱਢਦਾ? ਆਪਣੇ ਕੋਲ ਇੰਨਾ ਟਾਈਮ ਕਿਉਂ ਹੈ ਯਾਰ? ਕੰਮ ਕਰੀਏ, ਕੰਮ ਨਾਲ ਅੱਗੇ ਵਧੀਏ। ਅਜੇ ਅਸੀਂ ਅੰਗਰੇਜ਼ਾਂ ਦੇ ਉਹ ਸ਼ੋਅ ਸਰ ਕਰਨੇ ਹੈ ਜਿਹੜੇ 15-15 ਹਜ਼ਾਰ ਇਕੱਠੇ ਕਰਦੇ। ਮੇਰੀ ਜ਼ਿੰਦਗੀ ਦੀ ਜੱਦੋ ਜਹਿਦ ਹੀ ਇਹੀ ਹੈ ਕਿ ਅਸੀਂ ਉਹਨਾਂ ਜਿੱਡੇ ਸ਼ੋਅ ਕਰਨੇ ਹੈ, ਬੇਸ਼ੱਕ ਸਾਡੀ ਭਾਸ਼ਾ ਘੱਟ ਲੋਕ ਬੋਲਦੇ ਹਨ। ਸੋ ਉਹਦੇ ਲਈ ਕੰਮ ਕਰਨਾ। ਕਹਿ ਦੇ ਫਲਾਣੇ ਬਾਰੇ, ਕਹਿ ਦੇ ਕਿਉਂ ਬਈ ਮੇਰਾ ਠੇਕਾ ਲਿਆ ਹੋਇਆ ਸਾਰਿਆਂ ਬਾਰੇ ਬੋਲਣ ਦਾ? ਮੈਂ ਇਹਨਾਂ ਚੀਜ਼ਾਂ 'ਚ ਨਹੀਂ ਕਹਿੰਦਾ, ਪਿਆਰ ਕਰੋ। 15 ਸਾਲ ਪਹਿਲਾਂ ਬੱਬੂ ਹੋਰ ਤਰ੍ਹਾਂ ਦਾ ਸੀ, ਹੁਣ ਚੇਂਜ ਹੋ ਗਿਆ। ਜਦੋਂ ਵੀ ਤੁਸੀਂ ਕਿਸੇ ਬਾਰੇ ਵੀ ਬੋਲਣਾ, ਜੇ ਸਹੀ ਨਹੀਂ ਬੋਲਦੇ ਤਾਂ, ਜੇ ਜਾਣ ਬੁੱਝ ਕੇ ਕਿਸੇ ਨੂੰ ਮਤਲਬ ਡਿਮੋਰਲਾਈਜ਼ ਕਰਨਾ ਜਾਂ ਉਹਦੇ ਬਾਰੇ ਗਲਤ ਬੋਲਣਾ ਤਾਂ ਮੇਰੀ ਇੱਕ ਸਲਾਹ ਮੰਨੋ। ਤੁਸੀਂ ਮੰਦਰ, ਮਸਜਿਦ ਜਾਂ ਗੁਰਦੁਆਰਾ ਸਾਹਿਬ ਜਾਂਦੇ ਹੋ ਤਾਂ ਇੱਕ ਵਾਰੀ ਗੁਰਦੁਆਰਾ ਸਾਹਿਬ ਮੂਹਰੇ ਮੱਥਾ ਟੇਕ ਦਿਓ, ਉਦੋਂ ਬਾਅਦ ਤੁਸੀਂ ਵੈਸੇ ਨਹੀਂ ਬੋਲੋਗੇ ਕਿਸੇ ਬਾਰੇ ਮਾੜਾ। ਇਹ ਸਾਡੇ ਬਾਬੇ ਦਾ ਉਪਦੇਸ਼ ਹੈ। ਜ਼ਰਾ ਬੋਲ ਲਿਆ ਹੁਣ ਫਿਰ ਮੈਂ ਜਦੋਂ ਕਾਨਫਰੰਸ ਕਰਦਾ ਕਿਤੇ, ਉੱਥੇ ਮੈਨੂੰ ਪੁੱਛਣਗੇ ਵੀ ਸਿਆਸਤ ਬਾਰੇ, ਵੀ ਮੇਰਾ ਕੰਮ ਹੀ ਹੈ ਨਹੀਂ। ਤੁਸੀਂ ਮੈਨੂੰ ਇਹ ਪੁੱਛਿਆ ਕਰੋ ਵੀ ਹੁਣ ਅਗਲੇ ਗਾਣਿਆਂ 'ਚ ਕਿਸ ਤਰ੍ਹਾਂ ਦਾ ਹਾਰਡਵੇਅਰ ਖਰੀਦਿਆ, ਕਿਸ ਤਰ੍ਹਾਂ ਦੀ ਸਟੂਡੀਓ ਡਿਜ਼ਾਇਨਿੰਗ ਕਰੀ ਹੈ, ਕਿਹੜੀਆਂ ਨਵੀਆਂ ਮਸ਼ੀਨਾਂ ਲੈ ਕੇ ਆਇਆ। ਇਹ ਜੀਤੀ ਸਾਡਾ ਬੈਠਾ, ਬੜਾ ਪਿਆਰਾ ਮੁੰਡਾ, ਅਕਸਰ ਸਾਡੇ ਗੀਤ ਮਿਕਸ ਕਰਦਾ, ਤੁਹਾਡੇ ਵਲੈਤ 'ਚ ਰਹਿੰਦਾ। ਸੋ ਇਹਨੂੰ ਵੀ ਅਸੀਂ, ਮੇਰੀ ਆਦਤ ਹੈ ਮੈਂ ਸਿੱਖਦਾ ਹੀ ਰਹਿਣਾ ਬਸ, ਸੋ ਮੈਨੂੰ ਸਿੱਖਣ ਤੋਂ ਮੇਰਾ ਵੀਰ, ਮੈਂ ਸਟੂਡੈਂਟ ਹਾਂ ਜੀ। ਅਜੇ ਮੈਂ ਤੁਹਾਡੇ ਇੱਥੇ ਲੰਡਨ ਸਕੂਲ ਆਫ ਮਿਊਜ਼ਿਕ 'ਚ ਵਾਇਲਨ ਦੀਆਂ ਕਲਾਸਾਂ ਲੈਣੀਆਂ, ਤੁਸੀਂ ਮੈਨੂੰ ਸਟੂਡੈਂਟ ਰਹਿਣ ਦਿਓ, ਤੁਸੀਂ ਮੈਨੂੰ ਇੱਧਰ ਨੂੰ ਨਾ ਭੇਜੋ, ਠੀਕ ਹੈ ਜੀ? ਮੈਂ ਨਹੀਂ ਬੋਲਦਾ ਕਿਸੇ ਦਾ। ਲਿਆ ਵੀ ਬਰਮਿੰਘਮ ਦਾ ਇੱਕ ਸ਼ੇਅਰ ਲਿਖਿਆ ਸੀ, ਇੱਕ ਵਾਇਲਨ ਦਾ ਵੀ। ਹਾਂ,
ਲਿਆਓ ਜੀ ਬਰਮਿੰਘਮ ਦਾ ਇੱਕ ਸ਼ੇਰ, ਵੈਸੇ ਗੱਲਾਂ ਬਾਤਾਂ ਨੇ ਬੋਲ ਕੇ ਸੁਣਾ ਦਵਾਂ ਤਾਂ ਜ਼ਿਆਦਾ ਵਧੀਆ। ਓਕੇ, ਕਹਿੰਦਾ ਮੈਂ ਬਰਮਿੰਘਮ ਆਇਆ ਸੱਜਣ ਮਿਲੇ ਨਹੀਂ, ਮੈਂ ਬਰਮਿੰਘਮ ਆਇਆ ਸੱਜਣ ਮਿਲੇ ਨਹੀਂ, ਮਨ ਨਹੀਂ ਕਰਦਾ ਜਾਂ ਫਿਰ ਕੋਈ ਮਜਬੂਰੀ ਹੈ। ਪੀਜ਼ਾ ਬਰਗਰ ਬਣੇ ਪਸੰਦ ਜ਼ਮਾਨੇ ਦੀ, ਨਾ ਰਾਂਝੇ ਨਾ ਹੀਰਾ ਅਤੇ ਨਾ ਹੁਣ ਚੋਰੀ ਹੈ। ਤੂੰ ਸੋਹਣਾ ਹੈ ਮੈਂ ਵੀ ਐਡਾ ਮਾੜਾ ਨਹੀਂ, ਐਡੀ ਵੀ ਦੱਸ ਕਿਸ ਗੱਲ ਦੀ ਮਗਰੂਰੀ ਹੈ। ਕੀ ਕਰਦੇ ਹੋ ਅੱਜ ਕੱਲ੍ਹ ਕੋਈ ਖਬਰ ਨਹੀਂ, ਦਿਲ ਦਾ ਪਤਾ ਨਹੀਂ ਚਿਹਰਾ ਪਰ ਨੂਰੀ ਹੈ। ਦੁਨੀਆਂ ਦੇ ਨਾਲ ਹੱਸ ਹੱਸ ਗੱਲਾਂ ਕਰਦੇ ਹੋ, ਦੁਨੀਆਂ ਦੇ ਨਾਲ ਹੱਸ ਹੱਸ ਗੱਲਾਂ ਕਰਦੇ ਹੋ, ਸਾਡੇ ਹਿੱਸੇ ਗਾਲਾ ਅਤੇ ਬਸ ਘੂਰੀ ਹੈ। ਮੈਂ ਬਰਮਿੰਘਮ ਆਇਆ ਸੱਜਣ ਮੇਰੇ ਨਾਲ। ਹਾਂ ਵੀ ਕਿੱਥੋਂ ਸ਼ੁਰੂ ਕਰੀਏ।